ਬਾਈ ਇੱਕ ਹਰਿਆਣੇ ਦੀ ਕੁੜੀ ਪੰਜਾਬੀ ਮੁੰਡੇ ਨੂੰ ਵਧਾਈ ਦਿੰਦੀ ਆ, ਕਹਿੰਦੀ ਤੇਰੀ ਵੀਡੀਓ ਬਹੁਤ ਚੱਲ ਗਈ, ਅਤੇ ਉਹ ਆਪਦੀ ਭਾਸ਼ਾ 'ਚ ਗੱਲ ਕਰਦੀ ਆ ਅਤੇ ਮੁੰਡਾ ਆਪਦੀ ਭਾਸ਼ਾ ਜਵਾਬ ਦਿੰਦਾ। ਸੁਣਨ ਵਾਲੀ ਗੱਲਬਾਤ ਆ। ਕਹਿੰਦੀ ਭਾਇਆ ਥੰਨੇ ਤੋਂ ਗੱਲੀ ਬਾਤੀ ਸਰਾ ਕਰਾਇਆ। ਉਹ ਮੈਂ ਕਿਹਾ ਕੀ ਹੋ ਗਿਆ? ਕਹਿੰਦੀ ਮੰਨੇ ਥਾਰੀ ਵੀਡੀਓ ਬਹੁਤ ਅੱਛੀ ਲੱਗੀ, ਇਹ ਤੋਂ ਪਹਿਲਾਂ ਅੱਛੀ ਲੱਗਦੀ ਸੀ ਹਿੰਦੀ ਫਿਲਮ ਕੱਚੇ ਧਾਗੇ। ਕਹਿੰਦੀ ਕਹਾਂ ਕੇ ਰਹਿਣੇ ਵਾਲੇ ਹੋ? ਉਹ ਮੈਂ ਕਿਹਾ ਰੂਬੀ ਜੱਠਾ ਨਾਮ ਹੈ, ਨਾਭੇ ਕੋਲ ਪਿੰਡ ਹੈ, ਮਹਾਰਾਜ ਨੇ ਕਲਮ ਫੜਾਤੀ, ਬਣਨਾ ਕੁਝ, ਮਿੱਤਰਾਂ ਦੀ ਹੰਡ ਹੈ। ਕਹਿੰਦੀ ਫਿਕਰ ਨਾ ਕਰੀ ਛੋਰੇ, ਮਾਲਕ ਸਭਨਾਂ ਦੀ ਸੁਣਦਾ। ਉਹ ਮੈਂ ਕਿਹਾ ਆਹੀ ਆਸਰੇ ਤਾਂ ਜੱਟ ਵੱਡੇ ਵੱਡੇ ਖਾ ਬਣਦਾ। ਕਹਿੰਦੀ ਕੋਈ ਕਾਮ ਧੰਦਾ ਕਰਦੇ ਹੋ ਜਾਂ ਪੜ੍ਹਦੇ ਹੋ ਜਾਂ ਫਿਰ ਇਕੱਲੇ ਗੀਤੋਂ ਮੇ ਹੀ ਕੋਕੇ ਜੜਦੇ ਹੋ? ਉਹ ਮੈਂ ਕਿਹਾ ਪੜ੍ਹੇ ਲਿਖੇ ਤਾਂ ਅਸੀਂ ਘੱਟ ਹਾਂ, ਖੇਤੀ 'ਚ ਹੱਥ ਪੱਲਾ ਮਾਰ ਲੈਂਦੇ ਹਾਂ, ਜਿੰਨੇ ਕੁ ਬਾਬਾ ਨਾਨਕ ਖਾਣ ਨੂੰ ਦਿੰਦਾ ਉਹਦੇ 'ਚ ਡੰਗ ਡੁੰਗ ਸਾਰ ਲੈਂਦੇ ਹਾਂ। ਕਹਿੰਦੀ ਕਵੀ ਹਰਿਆਣੇ ਆਏ ਤੋਂ ਬਤਾਣਾ, ਖੂਬ ਸੇਵਾ ਕਰੇਂਗੇ। ਆਹ ਗੱਲ ਕਹਿ ਕੇ ਸਰੀ ਕਰਾ ਗਈ। ਕਹਿੰਦੀ ਪੈੱਗ ਤਾਂ ਸਾਡੇ ਰਿਵਾਜ਼ ਨਹੀਂ, ਪਰ ਰੋਟੀ ਪਾਣੀ ਅੱਛਾ ਕਰੇਂਗੇ। ਇਹ ਤੋਂ ਪਹਿਲਾਂ ਗੱਲ ਅੱਗੇ ਵੱਧਦੀ ਫੋਨ ਏ ਕੱਟ ਹੋ ਗਿਆ। ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁ ਤਾਂ ਪਤਾ ਲੱਗ ਗਿਆ ਵੀ ਫੇਸਬੁੱਕ 'ਤੇ ਥੋੜ੍ਹਾ ਮੋਟਾ ਸਟਾਰ ਤਾਂ ਪੰਡਾਲਾ ਜੱਟ ਹੋ ਗਿਆ। ਅਤੇ ਇੰਨੀ ਕੁ ਕਹਾਣੀ ਸੀ, ਸੋਚਿਆ ਫੇਸਬੁੱਕ 'ਤੇ ਪਾ ਦਈਏ, ਕੀ ਪਤਾ ਮਾਲਕ ਦੀ ਕਿਰਪਾ ਨਾਲ ਗਿਣਤੀ 'ਚ ਆ ਜਾਈਏ। ਜੇ ਵਧੀਆ ਲੱਗਿਆ ਬਾਈ ਸ਼ੇਅਰ ਕਰ ਦਿਓ, ਗੱਲ ਹਰਿਆਣੇ ਤੱਕ ਪਹੁੰਚ ਜੇ, ਇਹੋ ਜਿਹੇ ਕੋਕੇ ਜੜ ਦਿਓ। ਧੰਨਵਾਦ।